ਇਹ ਕਿਤਾਬ 1699 ਦੀ ਵਿਸਾਖੀ ਲਿਖਣ ਦਾ ਇੱਕੋ ਇੱਕ ਕਾਰਨ ਸੀ ਕਿ ਅਸੀਂ ਬਹੁਤੀ ਵਾਰ ਨਾ ਦੋ ਗਲਤੀਆਂ ਕਰਦੇ ਹਾਂ। ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਖਰਾ ਕਰ ਦਿੰਦੇ ਹਾਂ। ਦੂਜੀ ਗਲਤੀ ਅਸੀਂ ਕਰਦੇ ਹਾਂ, ਪੰਜ ਪਿਆਰਿਆਂ ਦੇ ਜਿਹੜਾ ਜੀਵਨ ਹੈ ਨਾ ਉਹਨੂੰ ਦੱਸਦਿਆਂ ਹੋਇਆ। ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਟਾਈਮ ਤੋਂ ਹੀ ਗੁਰੂ ਘਰ ਦੇ ਸੇਵਕ ਸੀ, ਮਤਲਬ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਉਦੋਂ ਤੋਂ ਲੱਗੇ ਹੋਏ ਸੀਗੇ। ਸੋ ਪਹਿਲਾਂ ਗੁਰਬਾਣੀ ਹੈ, ਪਹਿਲਾਂ ਗੁਰੂ ਗ੍ਰੰਥ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਆਉਂਦਾ। ਅਕਾਲ ਤਖ਼ਤ ਦਾ ਰਸਤਾ ਤੈਅ ਕਰਨ ਦੇ ਲਈ ਗੁਰਬਾਣੀ ਦੇ ਥਰੂ ਹੋ ਕੇ ਹੀ ਆਉਣਾ ਪਊਗਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮਿਸ਼ਨ ਇੱਕੋ ਹੀ ਸੀਗਾ, ਜਿਹੜਾ ਕਿ ਸ਼ੁਰੂ ਹੋਇਆ ਸੀਗਾ ਰਬਾਬ ਤੋਂ ਹੋਰ ਖਤਮ ਹੁੰਦਾ ਜਾ ਕਰਕੇ ਨਗਾਰੇ ਤੋਂ। ਤੇ ਭੈਣ ਜੀ ਹੋਣਾ ਨੇ ਬੜੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਸਪਸ਼ਟ ਕੀਤਾ ਆ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਇੱਕ ਵੱਖਰਾ ਪੰਥ ਆ, ਸਿੱਖ ਇੱਕ ਵੱਖਰਾ ਧਰਮ ਆ, ਉਹ ਹਿੰਦੂਤਵ ਦਾ ਜਿਹੜਾ ਆ ਉਹ ਹਿੱਸਾ ਨਹੀਂ। ਕਿਰਨਪ੍ਰੀਤ ਕੌਰ ਬਾਠ, ਇਹ ਜਿਹੜੀ ਕਿਤਾਬ ਹੈ ਜੀ, ਇਹ ਗੁਰੂ ਮਹਾਰਾਜ ਨੇ ਆਪ ਹੀ ਆਪਣੀ ਬਖਸ਼ਿਸ਼ ਕੀਤੀ ਆ, ਕਿਉਂਕਿ ਮੇਰੇ ਵਰਗੇ ਲੋਕਾਂ ਦੇ ਵੱਸ ਦੀ ਗੱਲ ਨਹੀਂ, ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ। ਗੁਰੂ ਸਾਹਿਬ ਦਾ ਨਾਮ ਵੀ ਅਗਰ ਤੁਸੀਂ ਕਾਗਜ਼ 'ਤੇ ਲਿਖ ਪਾਉਂਦੇ ਆ ਤਾਂ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੀ ਬਖਸ਼ਿਸ਼ ਆ, ਤੁਸੀਂ ਆਪ ਨਹੀਂ ਲਿਖ ਸਕਦੇ। ਇਹ ਕਿਤਾਬ 1699 ਦੀ ਵਿਸਾਖੀ ਲਿਖਣ ਦਾ ਇੱਕੋ ਇੱਕ ਕਾਰਨ ਸੀ ਕਿ ਅਸੀਂ ਬਹੁਤੀ ਵਾਰ ਨਾ ਦੋ ਗਲਤੀਆਂ ਕਰਦੇ ਹਾਂ। ਇੱਕ, ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਖਰਾ ਕਰ ਦਿੰਦੇ ਹਾਂ। ਉਹਦੇ ਨਾਲ ਹੁੰਦਾ ਕੀ ਆ ਕਿ ਸਾਨੂੰ ਲੱਗਦਾ ਕਿ ਵਿਸਾਖੀ ਜਿਹੜੀ ਹੈ ਨਾ 1699 ਦੀ ਉਹ ਅਚਾਨਕ ਹੋ ਗਈ, ਜਿਹਦੇ ਦੇ ਪਿੱਛੇ ਕੰਟੀਨਿਊਟੀ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਦੂਜੀ ਗਲਤੀ ਅਸੀਂ ਕਰਦੇ ਹਾਂ, ਪੰਜ ਪਿਆਰਿਆਂ ਦੇ ਜਿਹੜਾ ਜੀਵਨ ਹੈ ਨਾ ਉਹਨੂੰ ਦੱਸਦਿਆਂ ਹੋਇਆ। ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਪੰਜ ਸਿਰ ਮੰਗੇ, ਪੰਜ ਜਣੇ ਉੱਠ ਪਏ, ਸਾਨੂੰ ਇੰਝ ਲੱਗਦਾ ਰੈਂਡਮ ਹੀ ਉੱਠ ਪਏ। ਫਿਰ ਕੋਈ ਇੱਕ ਨੇਤਾ ਆਉਂਦਾ, ਉਹ ਇਹ ਕਹਿੰਦਾ ਕਿ ਕੋਈ ਯਹਾਂ ਸੇ ਆ ਗਿਆ, ਕੋਈ ਵਹਾਂ ਸੇ ਆ ਗਿਆ, ਕੋਈ ਆ ਨਹੀਂ ਸਕਦਾ। ਦਰਅਸਲ ਉਹਦੇ ਪਿੱਛੇ 1469 ਤੋਂ ਹੀ ਜਿਹੜੀ ਚੱਲੀ ਆ ਰਹੀ ਇੱਕ ਮਿਸ਼ਨ ਸੀਗਾ ਉਹਦਾ ਹੱਥ ਸੀ। ਪੰਜਾਂ ਪਿਆਰਿਆਂ ਦੀ ਜੀਵਨੀ ਮੈਂ ਇਹਦੇ 'ਚ ਦਿੱਤੀ ਆ। ਉਹਦੇ 'ਚ ਇਹ ਸਿੱਧ ਕੀਤਾ ਹੈ ਕਿ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਟਾਈਮ ਤੋਂ ਹੀ ਗੁਰੂ ਘਰ ਦੇ ਸੇਵਕ ਸੀ, ਮਤਲਬ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਉਦੋਂ ਤੋਂ ਲੱਗੇ ਹੋਏ ਸੀਗੇ। ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਕੇ ਹੀ ਉਹ ਇਸ ਜੋਗੇ ਹੋਏ ਕਿ ਉਹਨਾਂ ਨੇ, ਗੁਰੂ ਨਾਨਕ ਹੀ ਕਹਿੰਦੇ ਨੇ ਨਾ, ਮਤਲਬ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹੋ ਕੇ, ਕਿ ਜਾਂ ਤਾਂ ਉਹ ਪ੍ਰੇਮ ਖਿਲਣ ਕਾ ਚਾਹੋ ਸਿਰ ਧਰਤਲੀ ਗਲੀ ਮੁਰੀ ਆਓ, ਹੈ ਨਾ, ਉਹੀ ਕਹਿੰਦੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੱਲ ਕਰਦੀ ਤਾਂ ਮੈਂ ਪੂਰਾ ਗੁਰੂ ਨਾਨਕ ਹੀ ਕਹਿੰਦੀ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਵੰਡੀਆਂ ਦੇ ਵਿੱਚ ਨਹੀਂ ਵੰਡ ਸਕਦੇ। ਜਦੋਂ ਅਸੀਂ ਇਹ ਕਹਿਣ ਲੱਗ ਜਾਂਦੇ ਹਾਂ ਭੱਟਾਂ ਦੀ ਬਾਣੀ ਹੋ ਗਈ, ਗੁਰੂਆਂ ਦੀ ਬਾਣੀ ਹੋ ਗਈ, ਫਿਰ ਆਪਾਂ ਮਿਸ ਕਰ ਜਾਂਦੇ ਹਾਂ ਪੁਆਇੰਟ। ਗੁਰੂ ਨਾਨਕ ਨੇ ਹੀ ਸਿਰ ਤਰੀ 'ਤੇ ਧਰ ਕੇ ਆਉਣ ਵਾਲੇ ਤਿਆਰ ਕੀਤੇ, ਜਦ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਸਿਰ ਤਲੀ 'ਤੇ ਧਰਿਆ ਜਾ ਨਹੀਂ ਸਕਦਾ। ਸੋ ਪਹਿਲਾਂ ਗੁਰਬਾਣੀ ਹੈ, ਪਹਿਲਾਂ ਗੁਰੂ ਗ੍ਰੰਥ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਆਉਂਦਾ। ਅਕਾਲ ਤਖ਼ਤ ਦਾ ਰਸਤਾ ਤੈਅ ਕਰਨ ਦੇ ਲਈ ਗੁਰਬਾਣੀ ਦੇ ਥਰੂ ਹੋ ਕੇ ਹੀ ਆਉਣਾ ਪਊਗਾ, ਇਹੀ ਇਸ ਦਾ ਜਿਹੜਾ ਹੈ ਉਹ ਮੁੱਖ ਉਦੇਸ਼ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਬੰਦੀਆਂ ਵੱਲੋਂ ਸੰਗਤੀ ਰੂਪ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ। ਦੋ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਨੇ। ਇੱਕ ਤਾਂ ਅੱਜ 17 ਮਈ ਦਾ ਪਵਿੱਤਰ ਦਿਹਾੜਾ, ਜਿੱਥੇ ਕਿ ਅੱਜ ਅਸੀਂ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦਾ ਜਨਮ ਦਿਨ ਹੈ।
ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦੀ ਦੇਹ ਅਰੋਗਤਾ ਵਾਸਤੇ, ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਅਰਦਾਸ ਬੇਨਤੀ ਕੀਤੀ ਗਈ ਹੈ। ਔਰ ਸਾਨੂੰ ਪਤਾ ਹੈ ਕਿ ਕੌਮ ਦਾ ਜਥੇਦਾਰ ਜਿਹੜਾ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸੀਗੇ, ਉਹ ਸਰਕਾਰ ਦੇ ਅੱਗੇ ਨਾ ਤਾਂ ਵਿਕੇ ਨੇ, ਨਾ ਹੀ ਉਹ ਥੱਕੇ ਨੇ, ਉਹ ਆਪਣੇ ਸਟੈਂਡ 'ਤੇ ਕਾਇਮ ਨੇ। ਔਰ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿੱਥੇ ਅਸੀਂ ਅਰਦਾਸ ਬੇਨਤੀ ਕੀਤੀ ਹੈ, ਉੱਥੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਿਖੇ ਵੀ ਮੋਰਚਾ ਲਗਾਤਾਰ ਰਿਹਾਈਆਂ ਵਾਸਤੇ ਚੱਲ ਰਿਹਾ ਹੈ। ਜਿਸ ਵੇਲੇ ਅਸੀਂ ਸਮੂਹ ਬੰਦੀ ਸਿੰਘਾਂ ਦੀ ਗੱਲ, ਰਿਹਾਈ ਦੀ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਹੈ ਕਿ ਜਗਤਾਰ ਸਿੰਘ ਜੀ ਹਵਾਰਾ ਅਤੇ ਉਹਨਾਂ ਦੇ ਸਾਥੀਆਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪਪ੍ਰੀਤ ਸਿੰਘ, ਗੁਰਦੀਪ ਸਿੰਘ ਜੀ ਖੈੜਾ ਅਤੇ ਡਿਬੜੂਗੜ੍ਹ ਦੇ ਸਮੂਹ ਸਿੰਘਾਂ ਦੀ ਰਿਹਾਈਆਂ ਵਾਸਤੇ ਅਸੀਂ ਅਰਦਾਸ ਬੇਨਤੀ ਕੀਤੀ। ਦੂਜਾ ਇਹ ਖੁਸ਼ੀ ਦਾ ਮੌਕਾ ਇਹ ਹੈ ਕਿ ਇਹ ਜਿਹੜੀ ਪੁਸਤਕ ਤੁਸੀਂ ਦੇਖ ਰਹੇ ਹੋ, ਇਸ ਪੁਸਤਕ ਦਾ ਜਿਹੜਾ ਸ਼ੀਰਸ਼ਕ ਹੈ, ਲੇਖ ਹੈ, ਟਾਈਟਲ ਹੈ, ਉਹ ਬੜਾ ਸਪਸ਼ਟ ਹੈ। 1699 ਦੀ ਵਿਸਾਖੀ, 1699 ਦੀ ਵਿਸਾਖੀ ਦਾ ਜਿਹੜਾ ਸਫ਼ਰ, ਉਸ ਸਫ਼ਰ ਨੂੰ ਉਹਨਾਂ ਨੇ ਕਿਹਾ ਹੈ, ਲੇਖਕ ਨੇ ਕਿਹਾ ਹੈ, ਇਹ ਅਲੌਕਿਕ ਸਫ਼ਰ ਹੈ। ਹੁਣ ਅਲੌਕਿਕ ਤੋਂ ਸਾਰੇ ਸਮਝਦੇ ਨੇ ਕਿ ਆਮ ਸਾਧਾਰਨ ਨਹੀਂ, ਧੁਰੋਂ ਅਕਾਲ ਪੁਰਖ ਦੇ ਦਰ ਤੋਂ ਇਹ ਸਫ਼ਰ ਨਿਸ਼ਚਿਤ ਹੋ ਕੇ ਆਇਆ ਸੀਗਾ। ਹੋਰ ਉਹਦੀ ਸ਼ੁਰੂਆਤ ਨਨਕਾਣਾ ਸਾਹਿਬ ਤੋਂ ਨਿਰਮਲ ਪੰਥ ਦੇ ਰੂਪ ਦੇ ਵਿੱਚ ਹੋਈ ਅਤੇ ਖਾਲਸਾ ਪੰਥ ਦੀ ਸਾਜਨਾ ਜਿਸ ਵੇਲੇ ਅਨੰਦਪੁਰ ਸਾਹਿਬ ਵਿਖੇ ਹੋਈ, ਉੱਥੇ ਆ ਕਰਕੇ ਸੰਪੂਰਨਤਾ ਹੁੰਦੀ ਹੈ ਇਸ ਸਫ਼ਰ ਦੀ। ਹੋਰ ਲੇਖਕ ਡਾਕਟਰ ਕਿਰਨਪ੍ਰੀਤ ਕੌਰ ਬਾਠ, ਮੈਂ ਇਸ ਕਰਕੇ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦੇ ਰਿਹਾ ਕਿ ਜਿਸ ਵੇਲੇ ਇੱਕ ਬੀਬੀਆਂ ਵੱਲੋਂ ਕਿਤਾਬ ਲਿਖੀ ਜਾਂਦੀ ਹੈ ਜੋ ਕਿ ਸਾਡੀ ਹੋਂਦ ਦਾ ਪ੍ਰਗਟਾਵਾ ਕਰਦੀ ਹੈ, ਜੋ ਕਿ ਸਾਡੀ ਪ੍ਰਭੂ ਸੱਤਾ ਦਾ ਪ੍ਰਗਟਾਵਾ ਕਰਦੀ ਹੈ, ਜੋ ਕਿ ਪ੍ਰਭੂ ਸੱਤਾ ਦੇ ਨਾਲ ਨਾਲ ਸਾਨੂੰ ਨਿਆਰੇਪਨ ਵੱਲ ਪਾਸੇ ਜੋੜਦੀ ਹੈ, ਤਾਂ ਮੈਂ ਸਮਝਦਾ ਹਾਂ ਕਿ ਜਦ ਇੱਕ ਬੀਬੀ ਇਸ ਪ੍ਰਕਾਰ ਦੀ ਕਿਤਾਬ ਲਿਖਦੀ ਹੈ ਤਾਂ ਉਹ ਅਨੇਕਾਂ ਪਰਿਵਾਰਾਂ ਤੱਕ, ਕਿਉਂਕਿ ਇੱਕ ਔਰਤ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੇ ਬਹੁਤ ਵੱਡੀ ਪਾਈ ਹੈ, ਜਿਨ ਹਰ ਹਿਰਦੇ ਨਾਮ ਨਾ ਬੱਸਿਓ, ਤਿੰਨ ਮਾਤ ਕੀਜੇ ਹਰ ਬਾਂਝਾ, ਤਿੰਨ ਸੁੰਝੀ ਦੇ ਫਿਰੇ ਬਿਨ ਨਾਵੇਂ, ਉਹ ਖਪ ਖਪ ਹੋਏ ਕਰਾਂਝਾ। ਸੋ ਜਦ ਬੀਬੀਆਂ ਕਿਤਾਬਾਂ ਲਿਖਣਗੀਆਂ ਹੋਣ ਦੇ ਬਾਰੇ, ਜਦ ਬੀਬੀਆਂ ਆਪਣੀ ਪ੍ਰਭੂ ਸੱਤਾ ਦੇ ਬਾਰੇ ਕਿਤਾਬ ਲਿਖਣਗੀਆਂ, ਤਾਂ ਮੈਂ ਸਮਝਦਾ ਹਾਂ ਕਿ ਇਹ ਕੌਮ ਚੜ੍ਹਦੀ ਕਲਾ ਵਿੱਚ ਹੀ ਜਾਏਗੀ। ਮੈਂ ਇਸ ਕਰਦੇ ਹਾਂ ਕਿ ਇਸ ਕਿਤਾਬ ਦੇ ਵਿੱਚ ਤੁਸੀਂ ਜਿਵੇਂ ਦੇਖ ਰਹੇ ਹੋ, ਵੈਸਾਖੀ ਸ਼ਬਦ ਲਿਖਿਆ ਉਹਨਾਂ ਨੇ, ਵਵੇ ਨੂੰ ਦੁਲਾਵਾਂ ਪਾਈਆਂ ਨੇ। ਆਮ ਤੌਰ 'ਤੇ ਅਸੀਂ ਵਿਸਾਖੀ ਲਿਖਦੇ ਵਕਤ ਸ਼ਬਦ ਵਵੇ ਨੂੰ ਸਿਹਾਰੀ ਪਾਉਂਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸਾਖੀ ਸ਼ਬਦ ਵਵੇ ਨੂੰ ਸਿਹਾਰੀ ਦੇ ਨਾਲ ਕੋਈ ਵੀ ਨਹੀਂ ਹੈਗਾ, ਵੈਸਾਖੀ ਹੈ। ਔਰ ਵੈਸਾਖੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 5-6 ਸ਼ਬਦ ਹੈਗੇ ਨੇ, ਔਰ ਇਹਨਾਂ ਨੇ ਜੋ ਇਸ ਗੱਲ ਦਾ ਇੱਥੇ ਕਲੀਅਰ ਕੀਤਾ ਹੈ ਕਿ ਜਿਵੇਂ ਇਹਨਾਂ ਨੇ ਆਪਣੇ
ਗੱਲਬਾਤ ਵੀ ਦੱਸਿਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੱਕੋ ਹੀ ਜੋਤ ਸੀਗੀ, ਜੋਤ ਉਹਾਂ ਜੁਗਤ ਸਾਹੇ ਸੇਸਕਾਇਆ ਫਿਰ ਪਲਟੀਏ। ਭਾਵ ਕਹਿਣ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਗੱਲ ਅੰਕਿਤ ਕਰ ਦਿੱਤੀ, ਭਿੰਨ ਭਿੰਨ ਸਭੂ ਕਰ ਜਾਣਾ ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਣਾ ਤਿਨਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਭਾਵ ਕਹਿਣ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਮਿਸ਼ਨ ਇੱਕੋ ਹੀ ਸੀਗਾ, ਜਿਹੜਾ ਕਿ ਸ਼ੁਰੂ ਹੋਇਆ ਸੀਗਾ ਰਬਾਬ ਤੋਂ ਹੋਰ ਖਤਮ ਹੁੰਦਾ ਜਾ ਕਰਕੇ ਨਗਾਰੇ 'ਤੇ। ਉਹ ਸਾਰਾ ਦਾ ਸਾਰਾ ਮਿਸ਼ਨ ਜਿਹੜਾ ਹੈ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਅੰਕਿਤ ਕੀਤਾ ਹੈ। ਅਖੀਰਲੀ ਗੱਲ ਮੈਂ ਇਹ ਕਹਿ ਦੇਵਾਂ ਕਿ ਸਾਡੇ ਬਹੁਤ ਸਾਰੇ ਸਰਕਾਰੀ ਜਿਹੜੇ ਵਿਦਵਾਨ ਨੇ ਸਰਕਾਰ ਵੱਲੋਂ ਥਾਪੜਾ ਲੈ ਕਰਕੇ ਉਹ ਜਾ ਕਰਕੇ ਪ੍ਰਚਾਰ ਕਰਦੇ ਨੇ ਕਿ ਪੰਜ ਪਿਆਰੇ ਹਿੰਦੂ ਸਨ। ਨਹੀਂ ਗੁਰਮੁਖ ਪਿਆਰਿਓ, ਇਹ ਬੀਬੀ ਜੀ ਨੇ, ਲੇਖਿਕਾ ਨੇ ਇਹ ਸਪਸ਼ਟ ਕਰ ਦਿੱਤਾ ਹੈ, ਔਰ ਸਾਨੂੰ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਬੜਾ ਸਪਸ਼ਟ ਕਰਕੇ ਦੱਸਿਆ। ਜਿਹਦਾ ਭਾਈ ਦਇਆ ਸਿੰਘ ਜੀ ਨੇ ਪਹਿਲੇ ਪੰਜ ਪਿਆਰੇ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ ਗੁਰੂ ਤੇਗ ਬਹਾਦਰ ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਸੇਵਕ ਸੀਗੇ। ਉਹਨਾਂ ਦੇ ਅੱਗੇ ਪਿਤਾ ਜੀ, ਮਤਲਬ ਭਾਈ ਦਇਆ ਸਿੰਘ ਜੀ ਦੇ ਦਾਦਾ ਜੀ ਵਗੈਰਾ, ਉਹ ਸਾਰੇ ਦੇ ਸਾਰੇ ਸੀਗੇ ਜਿਹੜੇ ਸੀਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੇਵਕ ਸੀਗੇ। ਇਸੇ ਤਰੀਕੇ ਨਾਲ ਭਾਈ ਦਇਆ ਸਿੰਘ ਜੀ ਦੇ ਜਿਹੜੇ ਦਾਦਾ ਜੀ ਸੀਗੇ, ਉਹਨਾਂ ਦੇ ਅਗਾਂਹ ਦਾਦਾ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸੇਵਕ ਸੀਗੇ। ਭਾਵ ਕਹਿਣ ਦਾ ਕਿ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ ਐਟ ਰੈਂਡਮਲੀ ਇਹ ਪੰਜ ਪਿਆਰੇ ਨਹੀਂ ਖੜ੍ਹੇ ਹੋਏ, ਇਹ ਅਕਾਲ ਪੁਰਖ ਦਾ ਇੱਕ ਵਰਤਾਰਾ ਸੀਗਾ, ਗੁਰੂ ਨਾਨਕ ਪਾਤਸ਼ਾਹ ਵੱਲੋਂ ਡਿਜ਼ਾਇਨ ਕੀਤਾ ਹੋਇਆ ਇੱਕ ਅਲੌਕਿਕ ਸਫ਼ਰ ਸੀਗਾ, ਜਿਹਦੇ ਚੱਲਦਿਆਂ ਹੋਇਆਂ ਇਹ ਪੰਜ ਪਿਆਰੇ ਜਿਹੜੇ ਸੀਗੇ ਇਹ ਧੁਰੋਂ ਬਖਸ਼ਿਸ਼ ਲੈ ਕਰਕੇ, ਅਕਾਲ ਪੁਰਖ ਦੀ ਬਖਸ਼ਿਸ਼ ਲੈ ਕਰਕੇ ਆਏ ਸੀਗੇ। ਇਹ ਕੋਈ ਹਿੰਦੂ ਨਹੀਂ ਸੀਗੇ, ਇਹ ਸਾਰੇ ਸਾਰੇ ਗੁਰੂ ਨਾਨਕ ਦੇ ਸਿੱਖ ਸੀਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਾਂਗਾ, ਇਹਨਾਂ ਨੂੰ ਵਧਾਈ ਦਿਆਂਗਾ ਕਿ ਇਹਨਾਂ ਨੇ ਇਹ ਪੁਸਤਕ ਲਿਖੀ ਹੈ, ਔਰ ਪੁਸਤਕ ਲਿਖ ਕੇ ਜਿਹੜੇ ਇਹ ਬਹੁਤ ਸਾਰੇ ਭੁਲੇਖੇ ਸੀਗੇ ਇਹ ਦੂਰ ਕੀਤੇ ਨੇ। ਸੋ ਮੈਂ ਕਹਾਂਗਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਹ ਪੀੜ੍ਹੀ ਜਿਹੜੀ ਹੈ ਛੋਟੀ ਜਿਹੀ ਕਿਤਾਬ ਹੈਗੀ ਹੈ, ਇਸ ਨੂੰ ਸਾਰੇ ਬੱਚੇ ਜ਼ਰੂਰ ਪੜ੍ਹਨ, ਔਰ ਪੜ੍ਹ ਕੇ ਆਪਣੇ ਨਿਆਰੇਪਨ, ਆਪਣੇ ਹੌਂਦ ਦੀ ਗੱਲ ਅਤੇ ਜਿਹੜੇ ਸਾਡੇ ਪੰਜ ਪਿਆਰੇ ਸਾਹਿਬਾਨ ਅਤੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜੀ ਕੋਈ ਜੋਤ ਸੀਗੀ ਇਹ 'ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਪਣੇ ਨਿਆਰੇਪਨ ਨੂੰ ਸਾਂਭਣ, ਪ੍ਰਭੂ ਸੱਤਾ ਦੇ ਸਿਧਾਂਤ ਨੂੰ ਸਾਂਭਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਖੁਸ਼ੀ ਦਾ ਦਿਹਾੜਾ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਨਵੀਂ ਕਿਤਾਬ ਜਿਹੜੀ ਹੈ 1699 ਦੀ ਵਿਸਾਖੀ ਇੱਕ ਅਲੌਕਿਕ ਸਫ਼ਰ ਜਾਰੀ ਕੀਤੀ ਗਈ ਹੈ। ਸੋ ਅੱਜ ਦੇ ਸੰਦਰਭ ਦੇ ਵਿੱਚ ਇਸ ਕਿਤਾਬ ਦੀ ਮਹੱਤਤਾ ਕੀ ਹੈ ਕਿ ਅੱਜ 40 ਸਾਲ ਜਿਹੜੇ ਆ, 4 ਦਹਾਕੇ ਧਰਮ ਯੁੱਧ ਜਿਹੜਾ ਇੱਥੇ ਹੋਇਆ, ਇਸ ਸਾਹਮਣੇ ਸਥਾਨ 'ਤੇ ਧਰਮ ਯੁੱਧ ਲੜਿਆ ਗਿਆ, ਉਹਨੂੰ 40 ਦਾ ਜਿਹੜੇ 4 ਦਹਾਕੇ ਪੂਰੇ ਹੋਣ ਜਾ ਰਹੇ ਆ। ਉਹ ਜੰਗ ਕਿਸ ਗੱਲ ਦੀ ਆ? ਉਹ ਜੰਗ ਸਿੱਖਾਂ ਦੀ ਅਡਰੀ ਨਿਆਰੀ ਹੋਂਦ ਹਸਤੀ ਦੀ ਜੰਗ ਆ, ਜਿਹਨੂੰ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਸ ਵਿਪਰਵਾਦੀ ਤਖ਼ਤ ਨੇ ਆਪਦੇ ਸੰਵਿਧਾਨ ਦੀ ਧਾਰਾ 25 ਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖ ਕੇ ਅਤੇ ਲਗਾਤਾਰ ਉਸ ਮਿਸ਼ਨ ਦੇ ਉੱਪਰ ਕੰਮ ਕਰਕੇ ਸਿੱਖਾਂ ਦੀ ਇੱਕ ਵੱਖਰੀ ਪਛਾਣ ਦੇ ਅੱਗੇ ਇੱਕ ਸਵਾਲੀਆ ਚਿੰਨ੍ਹ ਲਗਾਇਆ ਗਿਆ। ਸੋ ਜਿਹੜੀ ਉਹ ਇੱਕ ਧੁੰਦਲਾਪਨ ਸੀ ਜਿਹੜਾ, ਉਹ ਸ਼ਹੀਦਾਂ ਨੇ ਆਪਦੇ ਖੂਨ ਦੇ ਨਾਲ ਸਾਫ਼ ਕੀਤਾ ਅਤੇ ਪਿਛਲੇ 4 ਦਹਾਕਿਆਂ ਤੋਂ ਜਿਹੜੀ ਉਹ ਜੰਗ ਆ, ਉਹ ਗਾਹੇ ਵਗਾਹੇ ਸਿੱਖ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੜਦੇ ਆ ਰਹੇ ਨੇ। ਪਰ ਅੱਜ ਜਿਹੜਾ ਅੱਜ ਦੇਸ਼ ਦੇ ਉੱਪਰ ਰਾਜ ਕਰ ਰਹੀ ਹੁਕਮਰਾਨ ਧਿਰ ਦਾ ਜਿਹੜਾ ਪਿੱਛੇ ਸੰਘ ਕੰਮ ਕਰਦਾ ਆ, RSS ਕੰਮ ਕਰਦਾ ਆ, ਉਹਦੀ ਆਈਡੀਓਲੋਜੀਕਲ ਪਹੁੰਚ
ਸੋਚ ਇਹ ਆ ਕਿ ਸਿੱਖਾਂ ਦੀ ਜਿਹੜੀ ਅਡਰੀ ਹੋਣ ਦੱਸਦੀ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਧੁੰਦਲਾ ਕਰਕੇ ਉਹਨਾਂ ਨੂੰ ਇੱਕ ਹਿੰਦੂਤਵ ਦੇ ਜਿਹੜੇ ਖਾਰੇ ਸਮੁੰਦਰ ਆ ਉਹਦੇ ਵਿੱਚ ਜਜ਼ਬ ਕੀਤਾ ਜਾਵੇ। ਸੋ ਉਹਨਾਂ ਨੇ ਜਿੱਥੇ ਹਥਿਆਰਬੰਦ ਸੰਘਰਸ਼ ਦੇ ਵਿੱਚ ਉਹਨਾਂ ਨੇ ਪੂਰਾ ਤਾਣ ਲਾਇਆ, ਉਹ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਬਾਵਜੂਦ ਜਿਹੜੀ ਉਹ ਗੱਲ ਵੱਖਰੀ ਅਡਰੀ ਹੋਣ ਦੱਸਦੀ ਦੀ ਉਹ ਖਤਮ ਨਹੀਂ ਹੋਈ। ਸੋ ਉਹਨੂੰ ਸਿਧਾਂਤਕ ਰੂਪ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜੇ ਗੱਲ ਕਲਮ 'ਤੇ ਆਈ ਹੈ ਤਾਂ ਉਹਦਾ ਜਵਾਬ ਕਲਮ ਨਾਲ ਦੇਣਾ ਬਣਦਾ ਆ। ਅਤੇ ਬੀਬੀ ਕਿਰਨਪ੍ਰੀਤ ਕੌਰ ਬਾਠ ਬਹੁਤ ਵਧਾਈ ਦੇ ਪਾਤਰ ਨੇ ਕਿ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ, ਕਿਉਂਕਿ ਜਦੋਂ ਇੱਕ ਧਰਮ ਨਾਲ ਇੱਕ ਅਕੀਦੇ ਨਾਲ ਸੰਬੰਧਿਤ ਲੋਕ ਜਦੋਂ ਰਾਜਨੀਤਿਕ ਲੜਾਈ ਲੜਦੇ ਆ ਤਾਂ ਇੱਕ ਕੌਮ ਦਾ ਰੂਪ ਧਾਰਨ ਕਰਦੇ ਆ। ਸੋ ਜਿਹੜੀ ਸਿੱਖ ਇੱਕ ਵੱਖਰੀ ਕੌਮ ਆ, ਉਸ ਚੀਜ਼ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਉਸ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਜਿਹੜਾ ਇਤਿਹਾਸ ਦੱਸਿਆ ਆ, ਤਾਂ ਉਹ ਗੱਲ ਬਹੁਤ ਤਰੀਕੇ ਵਧੀਆ ਤਰੀਕੇ ਦੇ ਨਾਲ ਸਪਸ਼ਟ ਕੀਤੀ ਆ ਕਿ ਸਿੱਖ ਇੱਕ ਵੱਖਰੀ ਕੌਮ ਕਿਵੇਂ ਆ। ਸੋ ਸਾਰੀ ਦੁਨੀਆ ਦੇ ਵਿੱਚ ਜਿਹੜੀ ਅੱਜ ਲੜਾਈ ਆ ਉਹ ਪਛਾਣਦੀ ਆ, ਤਾਂ ਇਹ ਸਿੱਖਾਂ ਦੇ ਸਾਹਮਣੇ ਇੱਕ ਬੜੀ, ਮੈਂ ਕਹਿ ਸਕਦਾ ਦੁਨੀਆ ਨਾਲੋਂ ਬੜੀ ਵੱਖਰੀ ਲੜਾਈ ਆ ਕਿ ਜਦੋਂ ਸਾਰੀ ਦੁਨੀਆ ਦੇ ਵਿੱਚ ਦੂਜਿਆਂ ਨੂੰ ਇਹ ਕਹਿ ਕੇ ਮਾਰਿਆ ਜਾਂਦਾ ਕਿ ਤੁਸੀਂ ਸਾਡਾ ਹਿੱਸਾ ਨਹੀਂ ਹੋ, ਉਹਨੂੰ ਅਦਰ ਕਹਿ ਕੇ ਮਾਰਿਆ ਜਾਂਦਾ, ਪਰ ਇੱਥੇ ਸਿੱਖਾਂ ਨੂੰ ਅਦਰ ਕਹਿ ਕੇ ਨਹੀਂ ਮਾਰਿਆ ਜਾ ਰਿਹਾ, ਉਹਨਾਂ ਨੂੰ ਜਜ਼ਬ ਕੀਤਾ ਜਾ ਰਿਹਾ ਕਿ ਤੁਸੀਂ ਸਾਡੇ ਵਿੱਚੋਂ ਨਿਕਲੇ ਹੋ। ਸੋ ਉਸ ਚੀਜ਼ ਦਾ ਸਿਧਾਂਤਕ ਰੂਪ ਦੇ ਵਿੱਚ ਇਹ ਕਿਤਾਬ ਜਿਹੜੀ ਆ ਬਹੁਤ, ਮੈਂ ਕਹਿੰਦਾ ਸੰਖੇਪ ਰੂਪ ਦੇ ਵਿੱਚ ਅਤੇ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੰਦੀ ਆ। ਅਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਕੋਈ ਸਿੱਖ ਸੰਘਰਸ਼ ਦਾ ਰਾਹ ਦਾ ਪੰਧੀ ਬਣਨਾ ਚਾਹੁੰਦਾ ਆ, ਜਿਹੜੀ ਗੱਲ ਹੈ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਇੱਥੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਨੂੰ ਸੰਬੋਧਨ ਕਰਦਿਆਂ ਕਹੀ ਸੀ ਕਿ ਜੋ ਅਸੀਂ ਐਲਾਨ ਕਰ ਰਹੇ ਹਾਂ ਅਸੀਂ ਇਹ ਕੋਈ ਸਾਡੀ ਬੁੱਧੀ ਦੇ ਵਿੱਚੋਂ ਨਿਕਲਣ ਵਾਲਾ ਐਲਾਨ ਨਹੀਂ ਆ, ਇਹ ਜੋ ਅੱਜ ਇੱਥੋਂ ਲੜਾਈ ਵੱਢਣ ਲੱਗਿਆ ਅਕਾਲ ਤਖ਼ਤ ਸਾਹਿਬ ਦੀਆਂ ਨੀਹਾਂ ਦੇ ਵਿੱਚ ਪਈ ਆ। ਸੋ ਜਿਹੜੀ ਉਹ ਗੱਲ ਅਕਾਲ ਤਖ਼ਤ ਸਾਹਿਬ ਦੀਆਂ ਨੀਹਾਂ ਦੇ ਵਿੱਚ ਪਈ ਆ, ਇਹਨੂੰ ਕਿਵੇਂ ਸਾਰੇ ਸੰਸਾਰ ਦੇ ਵਿੱਚ ਮੂਰਤੀਮਾਨ ਕਰਨਾ ਆ, ਕਿਵੇਂ ਇੱਕ ਧਰਮ ਦਾ ਰਾਜ, ਜਿਹੜੀ ਸਾਡੀ ਮੰਜ਼ਿਲ ਆ, ਜਿਹੜੇ ਵਾਸਤੇ ਹੀ ਸਾਧਨ ਜਿਹੜਾ ਆ ਅੱਜ ਰਾਜਨੀਤਿਕ ਲੜਾਈ ਅਪਣਾਇਆ ਹੋਇਆ ਆ, ਉਹਦੇ ਵਿੱਚ ਜਿਹੜਾ ਸਿਧਾਂਤਕ ਤੌਰ 'ਤੇ ਜਿਹੜਾ ਕੌਮ ਨੂੰ ਲੀਡ ਕਰ ਰਹੇ ਲੋਕਾਂ ਨੂੰ ਜਾਂ ਸੰਘਰਸ਼ ਦੇ ਵਿੱਚ ਜਿਹੜੇ ਅੱਗੇ ਲੱਗੇ ਲੋਕ ਆ, ਉਹ ਸਿਧਾਂਤਕ ਰੂਪ ਦੇ ਵਿੱਚ ਬਹੁਤ ਸਪਸ਼ਟ ਹੋਣੇ ਚਾਹੀਦੇ ਆ। ਅਤੇ ਇਹੋ ਜਿਹੀਆਂ ਲਿਖਤਾਂ ਮੈਨੂੰ ਲੱਗਦਾ ਕਿ ਅੱਜ ਸਮੇਂ ਦੀ ਲੋੜ ਆ ਕਿ ਇਹੋ ਜਿਹੀਆਂ ਲਿਖਤਾਂ ਸਾਹਮਣੇ ਆਉਣ, ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਇਸ ਜਿਹੜਾ ਭੰਬਲ ਭੂਸਾ ਪੈਦਾ ਕੀਤਾ ਜਾ ਰਿਹਾ ਸਟੇਟ ਵੱਲੋਂ ਆਪਦੇ ਸਾਰਾ ਮੀਡੀਆ ਸਾਰਾ ਨੈਰੇਟਿਵ ਵਰਤ ਕੇ ਉਹਨੂੰ ਸਾਫ਼ ਕੀਤਾ ਜਾ ਸਕੇ। ਸੋ ਮੈਂ ਫਿਰ ਇੱਕ ਵਾਰ ਲੇਖਕਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਮੂਹ ਸਿੱਖ ਜਗਤ ਨੂੰ ਮੈਂ ਅਪੀਲ ਕਰਦਾ ਕਿ ਅਸੀਂ ਇਹ ਕਿਤਾਬ ਪੜ੍ਹੀਏ ਵੀ ਅਤੇ ਅੱਗੇ ਤੋਂ ਅੱਗੇ ਸਾਂਝੀ ਵੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡਾਕਟਰ ਕਿਰਨਪ੍ਰੀਤ ਕੌਰ ਬਾਠ ਵੱਲੋਂ ਲਿਖੀ ਕਿਤਾਬ 1699 ਦੀ ਵੈਸਾਖੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਿਲੀਜ਼ ਕੀਤੀ ਗਈ ਹੈ। ਸੋ ਦਾਸ ਸਮਝਦਾ ਆ ਕਿ ਅਫਰੀਕਨ ਅਖਾਣ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ। ਸ਼ੇਰ ਦੀ ਨਿਰਭੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ, ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ। ਸੋ ਡਾਕਟਰ ਕਿਰਨਪ੍ਰੀਤ ਕੌਰ ਬਾਠ ਨੇ ਉਹਨਾਂ ਸਿੰਘਾਂ ਸੂਰਮਿਆਂ ਉਹਨਾਂ ਸ਼ੇਰਾਂ ਦਾ ਹਮਦਰਦ ਬਣ ਕੇ ਇਹ ਜਿਹੜੀ ਕਿਤਾਬ ਲਿਖੀ ਹੈ ਅਤੇ ਸਿੱਖੀ ਦਾ ਜਿਹੜਾ ਸੱਚਾ ਸੁੱਚਾ ਪੱਖ ਆ ਉਹ ਸਾਹਮਣੇ ਲਿਆਂਦਾ ਆ, ਕਿਉਂਕਿ ਸਾਡੀ ਸਿੱਖ ਕੌਮ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਦੇ ਵਿੱਚ ਜਿਹੜਾ ਆ ਉਹ ਸੁੱਟਿਆ ਜਾ ਰਿਹਾ ਆ, ਜਿੱਥੇ ਸਾਡੇ ਉੱਤੇ ਸਰੀਰਕ ਹਮਲੇ ਹੋਏ, ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਹੋਇਆ, ਸਾਡੀ ਨਵੰਬਰ 1984 ਦੇ ਵਿੱਚ ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਸਾਡੇ ਉੱਤੇ ਲਗਾਤਾਰ ਮਨੋਵਿਗਿਆਨਕ ਹਮਲੇ ਜਿਹੜੇ ਆ ਹੋ ਰਹੇ ਆ। ਅਤੇ ਜਦੋਂ ਕਹਿੰਦੇ ਆ ਕਿ ਜਦੋਂ ਹਮਲਾ ਬੌਧਿਕ ਹੋਵੇ ਤਾਂ ਜਵਾਬ ਵੀ ਜਿਹੜਾ ਆ ਉਹ ਬੌਧਿਕ ਹੋਣਾ ਚਾਹੀਦਾ ਆ, ਅਤੇ ਭੈਣ ਜੀ ਹੋਣਾ ਨੇ ਬੜੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਸਪਸ਼ਟ ਕੀਤਾ ਆ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਇੱਕ ਵੱਖਰਾ ਪੰਥ ਆ, ਸਿੱਖ ਇੱਕ ਵੱਖਰਾ ਧਰਮ ਆ, ਉਹ ਹਿੰਦੂਤਵ ਦਾ ਜਿਹੜਾ ਆ ਉਹ ਹਿੱਸਾ ਨਹੀਂ। ਹਿੰਦੂ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਸਿੱਖ ਹਿੰਦੂ ਹੈ ਹੀ ਨਹੀਂ ਫਿਰ ਕਿਉਂ ਸਿੱਖਾਂ ਨੂੰ ਧੱਕੇ ਦੇ ਨਾਲ ਜਿਹੜਾ ਹਿੰਦੂ ਆ ਉਹ ਕਿਹਾ ਜਾਂਦਾ ਆ। ਸੋ ਇਸੇ ਗੱਲ ਦਾ ਸਿੱਖ ਕੌਮ ਨੇ ਲੰਬਾ ਜਿਹੜਾ ਸੰਘਰਸ਼ ਆ
ਉਹ ਵੀ ਲੜਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ। ਸੋ ਇਹਨਾਂ ਦਿਨਾਂ ਦੇ ਵਿੱਚ ਹੀ ਮਈ ਜੂਨ ਦੇ ਵਿੱਚ ਹੀ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਜਿਹੜੀਆਂ ਸ਼ਹਾਦਤਾਂ ਆ ਉਹ ਹੋਈਆਂ। 1 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੀ ਜਿਹੜੀ ਸ਼ਹਾਦਤ ਆ ਉਹ ਹੋਈ। ਸੋ ਅੱਜ ਅਸੀਂ ਇਸ ਕਿਤਾਬ ਦੇ ਨਾਲ ਨਾਲ ਉਹਨਾਂ ਸਿੰਘਾਂ ਸੂਰਮਿਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਹੜੇ ਸਿੱਖੀ ਦੀ ਵੱਖਰੀ ਹੋਂਦ ਹਸਤੀ ਨਿਆਰੇਪਣ ਦੇ ਵਾਸਤੇ ਜਿਹੜਾ ਆ ਉਹ ਲੜੇ ਸਨ, ਜਿਨ੍ਹਾਂ ਨੇ ਸ਼ਹਾਦਤਾਂ ਆ ਉਹ ਦਿੱਤੀਆਂ ਸਨ। ਬਾਕੀ ਇਸ ਕਿਤਾਬ ਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸੇ ਪਾਤਸ਼ਾਹੀਆਂ ਉਹ ਇੱਕੋ ਜੋਤ ਸਨ, ਉਹ ਇੱਕੋ ਹੀ ਸਰੂਪ ਸਨ। ਉਹਨਾਂ ਨੂੰ ਵੱਖ ਵੱਖ ਕਰਕੇ ਜਿਹੜਾ ਆ ਉਹ ਨਾਂ ਦੇਖਿਆ ਜਾਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਉਸੇ ਨਿਰਮਲ ਪੰਥ ਨੇ ਖਾਲਸਾ ਪੰਥ ਦਾ ਜਿਹੜਾ ਰੂਪ ਧਾਰਨ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹਦੀ ਜਿਹੜੀ ਸੰਪੂਰਨਤਾ ਆ ਜਾਂ ਉਹੀ ਜਿਹੜਾ ਸਫ਼ਰ ਆ ਉਹ ਨਗਾਰੇ ਤੱਕ ਜਿਹੜਾ ਆ ਉਹ ਸੰਪੂਰਨ ਹੋਇਆ। ਸੋ ਪੰਜ ਪਿਆਰਿਆਂ ਨੂੰ ਹਿੰਦੂ ਕਿਹਾ ਜਾਂਦਾ ਆ, ਸਿੱਖਾਂ ਨੂੰ ਹਿੰਦੂ ਕਿਹਾ ਜਾਂਦਾ ਆ। ਬਹੁਤਾਂਤ ਮਨੋਵਿਗਿਆਨਕ ਸਾਡੇ ਉੱਤੇ ਹਮਲੇ ਹੋ ਰਹੇ ਆ ਜਿਹੜਾ ਇਸ ਕਿਤਾਬ ਦੇ ਵਿੱਚ ਬਾਖੂਬੀ ਜਿਹੜਾ ਆ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ। ਸੋ ਅਸੀਂ ਹਾਂਜੀ ਹੁਣਾਂ ਨੂੰ ਵਧਾਈ ਵੀ ਦਿੰਦੇ ਹਾਂ।